Ah, hey. Tak, nah, मैं सिद्ध के जाऊं. शुक्र है अस्सलाम वालेकुम ज़हीर माशाल्लाह मेरी जान तबीयत ठीक है ना क्या बात है हाँ जी इधर हो मैं दस नहीं सकता कम दे ही लेकिन जिन्ना मैं दीवाना अपनी भैन का इन्ना फैन और इन्ना मैं हसदा इन्ना मैडम आए आप आज आज भाई मेरी फोटो बनाए ये दे एक मिनट फ्रंट साइड आए हाय क्या बात चलो चलो ले जाना मैं ले जाने भाई मेनू जान दियो ओ अगे ਤੁਹਾਡੇ ਕੋਲ ਹੈ ਮੇਰੀ ਨਹੀਂ ਹੈ ਸਹੀ ਗੱਲ ਹੈ ਜੱਗੀ पिछे थोड़ा जा पिछे होके वाहेगुरु जी का खालसा वाहेगुरु जी की फतेह ਇੱਥੇ ਆ ਕੇ ਜਦੋਂ ਅਸੀਂ ਆਉਣ ਹੀ ਰਹੇ ਸੀ ਅਤੇ ਆਵਾਜ਼ ਭਾਅ ਜੀ ਨੇ ਇੰਟਰੋਡਕਸ਼ਨ ਸਾਡੀ ਕਰਾਈ ਅਤੇ ਇੰਨੀ ਮੁਹੱਬਤ ਇੰਨਾ ਰਸੂਖ ਮੇਰਾ ਖਿਆਲ ਆ ਕਿ ਮੈਨੂੰ ਕਦੇ ਮਿਲਿਆ ਨਹੀਂ ਭਾਅ ਜੀ ਜਿੰਨਾ ਤੁਸੀਂ ਦੇ ਦਿੱਤਾ ਆਹ ਫੁੱਲਾਂ ਦੀ ਤਾਂ ਲੋੜ ਹੀ ਨਹੀਂ ਤੁਸੀਂ ਇਸ ਤੋਂ ਵੀ ਜ਼ਿਆਦਾ ਫੁੱਲਾਂ ਤੋਂ ਜ਼ਿਆਦਾ ਤੁਸੀਂ ਸੋਹਣੇ ਹੋ ਜਿਹਨਾਂ ਨੇ ਸਾਨੂੰ ਪਿਆਰ ਦਿੱਤਾ ਇਹ ਬਾਬੇ ਨਾਨਕ ਨੇ ਅੱਜ ਬੜੀ ਅਪਾਰ ਕਿਰਪਾ ਕੀਤੀ ਸਾਡੇ 'ਤੇ ਅਨੀਤਾ ਭੈਣ ਜੀ ਠਾਕਰ ਸਾਹਿਬ ਹਰਦੀਪ ਜੀ ਭੁੱਲਰ ਸਾਹਿਬ ਸੰਧੂ ਸਾਹਿਬ ਅਤੇ ਮੇਰੀ ਆ ਫੈਮਿਲੀ ਏਕਮ ਸਿਮਰਨ ਸੁਖਲੀਨ ਇਹਨਾਂ ਨਾਲ ਮੈਂ ਅੱਜ ਆਇਆ ਗਿੱਲ ਸਾਹਿਬ ਸਾਡੇ ਹਰਦੀਪ ਜੀ ਅਤੇ ਸਭ ਤੋਂ ਵੱਡੀ ਗੱਲ ਇਹ ਮੈਂ ਸਿਹਰਾ ਇਹ ਭੈਣ ਨੂੰ ਦੇਣਾ ਚਾਹੁੰਦਾ ਅਨੀਤਾ ਦੇ ਇਹ ਮਹਾਰਾਜ ਮਹਾਰਾਜ ਨੇ ਕਿਰਪਾ ਕੀਤੀ ਕਹਿੰਦੇ ਸੀ ਕਹਿੰਦੇ ਵੀ ਆਪਾਂ ਸੰਗੇ ਗੁਰਦੁਆਰਾ ਸਾਹਿਬ ਚਲੀਏ ਮੈਂ ਕਿਹਾ ਕਿਉਂ ਨਹੀਂ ਸੋ ਵਿਹਲੇ ਸੀਗੇ ਅਤੇ ਮੈਂ ਕਿਹਾ ਕਿਉਂ ਨਾ ਬਾਬਾ ਨਾਨਕ ਨੇ ਜਿੱਥੇ ਆਪਣੇ ਦਿਨ ਗੁਜ਼ਾਰੇ ਅਸੀਂ ਉਹ ਥਾਂ ਨੂੰ ਨਤਮਸਤਕ ਕਰਨ ਆਏ ਹਾਂ ਪਵਿੱਤਰ ਧਰਤੀ ਆ ਇਹ ਅਤੇ ਅੱਜ ਅਸੀਂ ਮੈਨੂੰ ਲੱਗਦਾ ਕਿ ਸਾਡੇ ਕਿਤੇ ਥੋੜੇ ਵਾਲੇ ਵੀ ਕਿਤੇ ਪਾਪ ਧੋਤੇ ਗਏ ਜ਼ਿਆਦਾ ਕਰਦੇ ਨਹੀਂ ਅਸੀਂ ਜਨਮ ਸਫਲ ਹੋ ਗਿਆ ਚੜ੍ਹਦੀ ਕਲਾ ਰੱਖੇ ਆਪਾਂ ਤੁਸੀਂ ਕੀ ਕਹਿਣਾ ਚਾਹੋਗੇ ਆਪਾਂ ਕੀ ਕਹਿਣਾ ਚਾਹਾਂਗੇ ਦੇਖੋ ਜੀ ਸਾਡੇ ਲਈ ਬਹੁਤ ਹੀ ਅੱਜ ਮੁਕੱਦਸ ਦਿਨ ਹੈ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਜਦੋਂ ਅਸੀਂ ਉੱਧਰੋਂ ਚੱਲੇ ਔਰ ਉੱਧਰੋਂ ਲਾਹੌਰ ਤੋਂ ਸਾਡੇ ਸੱਜਣ ਵੀ ਚੱਲੇ ਔਰ ਬਾਬਾ ਜੀ ਦੇ ਦਰਬਾਰ 'ਚ ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ ਆਵਾਜ਼ ਸਾਹਿਬ ਹੋਰਾਂ ਨੇ ਸਾਨੂੰ ਇੱਥੇ ਲੈ ਕੇ ਆਉਂਦਾ ਉੱਥੋਂ ਅਤੇ ਠਾਕਰ ਸਾਹਿਬ ਹੋਰੀ ਕੈਸਰ ਪੀਆ ਸਾਹਿਬ ਔਰ ਹੋਰ ਬਹੁਤ ਸਾਰੇ ਸੱਜਣ ਜਿਹੜੇ ਆਏ ਹੋਏ ਨੇ ਅਸੀਂ ਇੰਨੇ ਕੁ ਖੁਸ਼ ਹਾਂ ਇੰਨੇ ਕੁ ਮੁਹੱਬਤ ਨਾਲ ਸਰਸ਼ਾਰ ਹਾਂ ਕਿ ਸਾਡੇ ਕੋਲ ਸ਼ਬਦ ਜਿਹੜੇ ਆ ਨਾ ਉਹ ਛੋਟੇ ਪੈ ਰਹੇ ਨੇ ਤੁਹਾਡਾ ਥੈਂਕ ਯੂ ਕਰਨ ਲਈ ਧੰਨਵਾਦ ਕਰਨ ਲਈ ਔਰ ਸਾਡੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸਲਾਮ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਖਾਤੀ ਨਾਜ਼ਰਾਤ ਅੱਜ ਬੜੀ ਖੁਸ਼ੀ ਹੋ ਰਹੀ ਹੈ ਮੈਂ ਪਹਿਲੀ ਦਫ਼ਾ ਇਸ ਜਗ੍ਹਾ 'ਤੇ ਆਇਆ ਜੀ ਲੇਕਿਨ ਇਸ ਜਗ੍ਹਾ ਨੂੰ ਦੇਖ ਕੇ ਤਾਂ ਮਹਿਸੂਸ ਹੋਇਆ ਕਿ ਵਾਕਈ ਪਿਆਰ ਕੋਈ ਸ਼ੈ ਵੇ ਇਸ ਕਦਰ ਬਿਹਤਰੀਨ ਇੰਤਜ਼ਾਮਾਤ ਨੇ ਹਰ ਬੰਦਾ ਬਿਊਟੀਫੁੱਲ ਤਾਂ ਹੈ ਹੀ ਹੈ ਨਾਲ ਡਿਊਟੀਫੁੱਲ ਵੀ ਹੈ ਔਰ ਸਾਰੀ ਰਾਤ ਅੱਲਾ ਜਾਣਦਾ ਨੀਂਦਰ ਨਹੀਂ ਆਈ ਕਿਉਂਕਿ ਮੇਰੀ ਭੈਣ ਅਨੀਤਾ ਬਾਜੀ
ਪਹਿਲੀ ਮੁਲਾਕਾਤ ਪਹਿਲੀ ਫੋਨ ਦੇ ਉੱਤੇ ਜਿਹੜੀ ਗੱਲ ਹੋਈ ਹੈ ਨਾ ਜੀ, ਉਹਦੇ ਵਿੱਚ ਇਹਨਾਂ ਨੇ ਪਹਿਲੀ ਗੱਲ ਹੀ ਇਹ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਆਉਣਾ ਤੇ ਤੁਹਾਡੇ ਨਾਲ ਮੁਲਾਕਾਤ। ਹਾਏ 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 ਹਾਏ, ਉਹ ਦਿਨ ਦੀ ਉਡੀਕ ਤੇ ਅੱਜ ਮੈਂ ਆਪਣੀ ਭੈਣ ਨੂੰ ਮਿਲਿਆ। ਹਰਦੀਪ ਭਾਜੀ ਦੀ ਬੜੀ ਮਿਹਰਬਾਨੀ ਹੈ, ਹਰਦੀਪ ਭਾਜੀ ਇਹਨਾਂ ਦੇ ਹਾਊਸ ਬੈਂਡ ਨੇ, ਉਹਨਾਂ ਦੇ ਤਰਲੇ ਕਰਦਾ ਰਿਹਾ ਲੈ ਆਓ। ਤੇ ਹਰਪ੍ਰੀਤ ਸਿੰਘਾ ਭਾਜੀ ਜਿਹੜੇ ਨੇ ਨਾ ਜੀ, ਇਹ ਇੰਜੀ ਜਿਵੇਂ ਜਿੰਨ ਦੀ ਜਾਨ ਤੋਤੇ ਜਿਸ ਤਰ੍ਹਾਂ ਮੇਰੀ ਜਾਨ ਹੈਗੇ ਨੇ, ਇਹਨਾਂ ਦੀ ਬੇਟੀ ਛੁਖਲੈਨ ਫੋਨ ਤੇ ਮੇਰੇ ਨਾਲ ਗੱਲਾਂ ਕਰਦੀ, ਮੇਰੇ ਨਾਲ ਵੀਡੀਓ ਕਾਲ ਕਰਦੀ, ਜਿਸ ਵੇਲੇ ਕਹਿੰਦੀ ਨਾ ਸਤਿ ਸ਼੍ਰੀ ਅਕਾਲ ਚਾਓ ਜੀ, ਯਕੀਨ ਕਰੋ ਰੂਹ ਦੇ ਵਿੱਚ ਇੰਜ ਜਾਨ ਭੱਜਦੀ ਹੈ। ਇਹ ਮੇਰਾ ਛੋਹਣਾ ਕਾਕਾ ਹਰ ਵਾਰੀ ਮੈਨੂੰ ਕਹਿੰਦਾ ਚਾਊ ਜੀ ਮੈਂ ਆਊਂਗਾ, ਤੇ ਅੱਜ ਆ ਗਿਆ। ਮੇਰੀ ਭੈਣ ਨੂੰ ਅੱਲਾ ਹਯਾਤੀ ਸਿਹਤ ਤੰਦਰੁਸਤੀ ਦੇਵੇ, ਇਹ ਮੇਰੀ ਭੈਣ ਦੀ ਕੋਸ਼ਿਸ਼ ਹੈਗੀ ਸੀ। ਤੇ ਅੱਜ ਸਾਰੇ ਮੇਰੇ ਮਹਿਮਾਨ ਆਏ ਨੇ, ਦਿਲ ਖੁਸ਼ ਹੋ ਗਿਆ, ਦਿਲ ਰਾਜ਼ੀ ਹੋ ਗਿਆ, ਮਜ਼ਾ ਆ ਗਿਆ। ਮੈਂ ਇਸ ਪੂਰੀ ਇੰਤਜ਼ਾਮੀਆ ਜਿਤਨੀ ਵੀ ਇੰਤਜ਼ਾਮੀਆ ਇਸ ਏਰੀਏ ਦੇ ਵਿੱਚ ਕੰਮ ਕਰ ਰਹੀ ਹੈ, ਹੈਰਾਨ ਕੁਨ ਲੋਕ ਨੇ, ਵੰਡਰਫੁਲ ਲੋਕ ਨੇ, ਸੋਹਣੇ ਵੀ ਬੜੇ ਨੇ, ਔਰ ਮਾਸ਼ਾਅੱਲਾ ਹਰ ਬੰਦਾ ਚੌਕਸ ਹੈਗਾ। ਮੈਂ ਸਮਝਦਾ ਸਾਂ ਮੈਂ ਹੀ ਚੌਕਸ ਹਾਂ। ਮੈਂ ਜਿੰਨੀ ਇੰਤਜ਼ਾਮੀਆ ਤੇ ਕੰਮ ਕਰ ਰਹੀ ਹੈ ਨਾ ਸਰ, ਸਾਰਿਆਂ ਨੂੰ ਸਲੂਟ ਪੇਸ਼ ਕਰਨਾ ਚਾਹੁੰਦਾ। ਜੋ ਤੁਸੀਂ ਦੇਖ ਰਹੇ ਹੋ ਨਾ, ਕੀ ਬਾਤ ਨਿਕਲੇ ਹੋ, ਮੈਨੂੰ ਹੋਰ ਸਮਝ ਨਹੀਂ ਆ ਰਹੀ ਹੈ। ਸਾਰਾ ਕੰਪਲੀਟ ਹੋਇਆ ਹੈ, ਆਏ ਹੋਰ ਬੰਮ ਹੈ, ਬਹਿ ਗਿਆ ਆਪਾਂ ਉਮੜ ਕੋ ਬਹਿ ਜਾ, ਕੋਈ ਗੱਲ ਨਾ ਸੱਚੇ ਪਾਸ਼ਾ, ਨਾ ਧੱਕਾ ਨਾ ਮਾਰੋ, ਸਿੱਧਾ ਸਿੱਧਾ ਵੇ। ਇਹ ਆਪਣਾ ਕੋਈ ਬੰਦਾ ਕਿਹੜਾ ਖਿੱਚ ਰਿਹਾ? ਆਪਣਾ ਸਾਗਰ ਹੈ, ਸਾਗਰ ਫੋਟੋ ਖਿੱਚ ਨਾਲ। ਮੈਂ ਕਿਹੜਾ ਜਾਣ ਕੇ ਗਿਆ, ਇਹ ਤੇਜ਼ੀ ਨਾਲ ਸਮਾਂ ਨਾ ਭੈਣ ਜੀ, ਇੱਕ ਸੈਲਫੀ ਬਣਾਣੀ। ਚੱਲ ਚੱਲ ਠੀਕ, ਬਹੁਤ ਸਾਰਾ ਮੋਹ, ਬਹੁਤ ਸਾਰੀਆਂ ਮੁਹੱਬਤਾਂ। ਅੰਦਰ ਸਮਾਧ ਹੈ ਜਿੱਥੇ ਮਹਾਰਾਜ ਦੀ ਚਾਦਰ ਤੇ ਫੁੱਲਾਂ ਦਾ ਸੰਸਕਾਰ ਹੋਇਆ ਜੀ, ਇਹ ਦੋਵੇਂ ਅਸਥਾਨ ਮੌਜੂਦ ਨੇ ਜੀ ਇੱਥੇ ਕਰਤਾਰਪੁਰ ਸਾਹਿਬ, ਤੇ ਮਹਾਰਾਜ ਦਾ ਪ੍ਰਕਾਸ਼ ਉੱਪਰ ਹੈ। ਅਸਥਾਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਾਦਰ ਤੇ ਫੁੱਲ ਮੁਸਲਮਾਨ ਭਰਾਵਾਂ ਨੇ ਆਪਣੇ ਕੀਦ ਦੇ ਮੁਤਾਬਿਕ ਅੰਦਰ ਸਮਾਧ ਬਣੀ ਹੈ, ਜਿੱਥੇ ਚਾਦਰ ਤੇ ਫੁੱਲਾਂ ਦਾ ਸੰਸਕਾਰ ਹੋਇਆ ਉਹ ਅੰਦਰ ਅਸਥਾਨ। ਕਿਤੇ
ਗੁਰੂ ਪਿਆਰੇ ਸਾਹਿਬ ਜੀ ਜਿੱਥੇ ਆਪ ਦੇ ਸਾਰੇ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੋਦ ਵਿੱਚ ਬੈਠੇ ਹੋਏ ਹੋ ਤੇ ਆਪ ਦੀ ਮਿਹਰਬਾਨੀ ਮਿਹਰਬਾਨੀ ਤਾਕਤੀ ਸੰਗਤ ਜੀ ਅਨੀਤਾ ਦੇਵ ਜੀ ਇਫਤਖਾਰ ਠਾਕਰ ਸਾਹਿਬ ਪੂਰੀ ਦੁਨੀਆ ਨੂੰ ਕੀ ਸੁਨੇਹਾ ਇਸ ਵੇਲੇ ਸਾਡੀ ਜੜ ਦੀ ਮਿੱਟੀ ਇੱਕ ਹੈ ਆਡਾ ਢੋ ਕੇ ਮੋਲਾਂਗੇ ਵੀ ਸਾਡੀ ਜੜ ਦੀ ਮਿੱਟੀ ਇੱਕ ਉਹ ਪੰਜਾਬੀ ਮੇਰਾ ਹੈ ਇਹ ਪੰਜਾਬੀ ਮੇਰਾ ਹੈ ਪੰਜਾਬੀ ਜਿੰਦਾਬਾਦ ਜਿੱਥੇ ਪੰਜਾਬੀਆਂ ਦਾ ਪੈਰ ਆਈ ਉੱਥੇ ਬਾਬੇ ਨਾਨਕ ਜੀ ਬਸ ਠੀਕ ਨਿਕਲ ਜਾ ਭਾਜੀ ਮੇਰੇ ਕੋਲ ਨਿਕਲ ਜਾ ਸਰ ਨਿਕਲ ਜਾ ਜੀ ਪਿੱਛੇ ਆ ਰਹੇ ਅੱਛਾ ਬੈਠੋ ਭੁੱਖਾ ਹੀ ਯਾਰ ਖਤਮ ਹੋ ਗਈਆਂ